ਜਨਨਾਥਪੜੀ ਫਰਹਾਨ ਅਲੀ ਉਸ ਜਨਨਾਥਪੜੀ ਕਰੀਮਾ ਕਦੀ ਬਾਰਗਾਹ ਨੇ ਆਪਣੀ ਹਾਜ਼ਰੀ ਪੇਸ਼ ਕੀਤੀ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀ ਸਨਾਖਾਨੀ ਹੋ ਰਹੀ ਹੈ ਕਰੀਮਾ ਕਦ ਤਜ਼ਕਰੇ ਹੋ ਰਹੇ ਨੇ ਤੇ ਰੱਬੇ ਕਾਇਨਾਤ ਜੱਲਾ ਜਲਾਲਹੁ ਨੇ ਅੱਲਾਹ ਰੱਬੁਲ ਆਲਮੀਨ ਨੇ ਆਪਣੇ ਮਹਿਬੂਬ ਨੂੰ ਬੜੀਆਂ ਇਸ਼ਾਨਾਂ ਅਤਾ ਫਰਮਾਈਆਂ ਨੇ ਬੜੇ ਮਕਾਮ ਅਤਾ ਫਰਮਾਏ ਨੇ ਬੜੀਆਂ ਇੱਜ਼ਤਾਂ ਅਤਾ ਫਰਮਾਈਆਂ ਨੇ ਕਿਉਂ ਕਿ ਕੁਰਸੀ ਖੁਦਾ ਕੀ ਹੈ ਲੇਕਿਨ ਇੱਜ਼ਤ ਮੁਹੰਮਦ ਮੁਸਤਫਾ ਕੀ ਹੈ ਕੁਰਸੀ ਖੁਦਾ ਕੀ ਹੈ ਲੇਕਿਨ ਇੱਜ਼ਤ ਮੁਹੰਮਦ ਮੁਸਤਫਾ ਕੀ ਹੈ ਫਰਿਸ਼ਤੇ ਖੁਦਾ ਕੇ ਹੈ ਲੇਕਿਨ ਖਾਦਮ ਮੁਹੰਮਦ ਮੁਸਤਫਾ ਕੇ ਹੈ ਫਰਿਸ਼ਤੇ ਖੁਦਾ ਕੇ ਹੈ ਲੇਕਿਨ ਖਾਦਮ ਮੁਸਤਫਾ ਕੇ ਹੈ ਕਲਮ ਖੁਦਾ ਕਾ ਹੈ ਲੇਕਿਨ ਤਹਿਰੀਰ ਮੁਸਤਫਾ ਕੀ ਹੈ ਕਲਮ ਖੁਦਾ ਕਾ ਹੈ ਤਹਿਰੀਰ ਮੁਸਤਫਾ ਕੀ ਹੈ ਔਰ ਅਰਸ਼ ਖੁਦਾ ਕਾ ਹੈ ਲੇਕਿਨ ਇਸ ਪਰ ਕਦਮ ਮੁਸਤਫਾ ਕਾ ਹੈ ਅਰਸ਼ ਖੁਦਾ ਕਾ ਹੈ ਲੇਕਿਨ ਇਸ ਪਰ ਕਦਮ ਮੁਸਤਫਾ ਕਾ ਹੈ ਔਰ ਕੌਸਰ ਖੁਦਾ ਕਾ ਹੈ ਲੇਕਿਨ ਇਸ ਪਰ ਕਦਮ ਕੌਸਰ ਖੁਦਾ ਕੀ ਹੈ ਲੇਕਿਨ ਵਿਰਾਸਤ ਮੁਸਤਫਾ ਕੀ ਹੈ ਕਿਉਂਕਿ ਹਜ਼ੂਰ ਨੇ ਫਰਮਾਇਆ ਕਿ ਹੌਜ਼ ਕੌਸਰ ਤੇ ਮੈਂ ਆਪਣੇ ਗੁਲਾਮਾਂ ਨੂੰ ਆਪਣੇ ਹੱਥਾਂ ਦੇ ਨਾਲ ਜਾਮ ਭਰ ਭਰ ਕੇ ਪਿਲਾਵਾਂਗਾ ਕੌਸਰ ਖੁਦਾ ਕੀ ਹੈ ਲੇਕਿਨ ਵਿਰਾਸਤ ਮੁਸਤਫਾ ਕੀ ਹੈ ਔਰ ਜੰਨਤ ਖੁਦਾ ਕੀ ਹੈ ਲੇਕਿਨ ਮਲਕੀਅਤ ਮੁਸਤਫਾ ਕੀ ਹੈ ਕਿਉਂਕਿ ਹਜ਼ੂਰ ਜਿਸ ਸਾਹਬੀ ਚਾਹੁੰਦੇ ਕਦੀ ਫਰਮਾ ਦੇਣ ਅਬੂ ਬਕਰ ਫਿਲ ਜੰਨਾ ਉਮਰ ਫਿਲ ਜੰਨਾ ਉਸਮਾਨ ਫਿਲ ਜੰਨਾ ਅਲੀ ਫਿਲ ਜੰਨਾ ਤਲਾ ਫਿਲ ਜੰਨਾ ਜ਼ੁਬੈਰ ਫਿਲ ਜੰਨਾ ਹਜ਼ੂਰ ਜਿਸ ਸਾਹਬੀ ਚਾਹੁੰਦੇ ਜੰਨਤ ਬਣ ਦਿੰਦੇ ਨੇ ਜੰਨਤ ਮੁਸਤਫਾ ਕੀ ਹੈ ਲੇਕਿਨ ਮਲਕੀਅਤ ਮੁਸਤਫਾ ਕੀ ਹੈ ਮਖਲੂਕ ਖੁਦਾ ਕੀ ਹੈ ਲੇਕਿਨ ਉਮਤ ਮੁਸਤਫਾ ਕੀ ਹੈ ਮਖਲੂਕ ਖੁਦਾ ਕੀ ਹੈ ਲੇਕਿਨ ਉਮਤ ਮੁਸਤਫਾ ਕੀ ਹੈ ਔਰ ਨਬੀ ਨਬੀ ਖੁਦਾ ਕੇ ਹੈ ਲੇਕਿਨ ਮੁਕਤਦੀ ਮੁਸਤਫਾ ਕੇ ਹੈ ਨਬੀ ਖੁਦਾ ਕੇ ਹੈ ਮੁਕਤਦੀ ਮੁਸਤਫਾ ਕੇ ਹੈ ਔਰ ਆਸਮਾਨ ਖੁਦਾ ਕੇ ਹੈ ਲੇਕਿਨ ਇਸ ਪਰ ਚਰਚੇ ਮੁਸਤਫਾ ਕੇ ਹੈ ਅਸਮਾਨ ਖੁਦਾ ਕੇ ਹੈ ਇਸ ਪਰ ਚਰਚੇ ਮੁਸਤਫਾ ਕੇ ਹੈ ਔਰ ਕਾਇਨਾਤ ਖੁਦਾ ਕੀ ਹੈ ਲੇਕਿਨ ਇਹ ਸਦਕਾ ਮੁਸਤਫਾ ਕਾ ਹੈ ਕਾਇਨਾਤ ਸਾਰੀ ਖੁਦਾ ਕੀ ਹੈ ਲੇਕਿਨ ਸਦਕਾ ਮੁਸਤਫਾ ਕਾ ਹੈ ਕਰਮ ਖੁਦਾ ਕਾ ਹੈ ਤੋ ਰਹਿਮਤ ਮੁਸਤਫਾ ਕੀ ਹੈ ਬਿਆਨ ਖੁਦਾ ਕਾ ਹੈ ਲੇਕਿਨ ਜ਼ਬਾਨ ਮੁਸਤਫਾ ਕੀ ਹੈ ਔਰ ਕਿਤਨੀ ਸ਼ਾਨ ਹੈ ਬਿਆਨ ਖੁਦਾ ਕਾ ਹੈ ਲੇਕਿਨ ਜ਼ਬਾਨ ਮੁਸਤਫਾ ਕੀ ਹੈ ਦੁਨੀਆ ਦੇ ਅੰਦਰ ਇਹ ਕਾਨੂੰਨ ਹੈ ਜਿਸ ਬੰਦੇ ਦੀ ਜ਼ਬਾਨ ਕਲਾਮ ਉਸਦਾ ਜਿਸ ਬੰਦੇ ਦੀ ਜ਼ਬਾਨ ਉਹ ਬੰਦਾ ਖੁਦ ਬੋਲਦਾ ਹੈ ਲੇਕਿਨ ਰੱਬੇ ਕਾਇਨਾਤ ਜੱਲਾ ਜਲਾਲਹੁ ਨੇ ਆਪਣੇ ਮਹਿਬੂਬ ਦੀ ਵਾਰੀ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਰੱਬੇ ਕਾਇਨਾਤ ਨੇ ਫਰਮਾਇਆ ਜਿਹੜਾ ਬੰਦਾ ਬੋਲੇਗਾ ਜ਼ਬਾਨ ਵੀ ਉਸਦੀ ਹੋਵੇਗੀ ਕਲਾਮ ਵੀ ਉਸਦਾ ਹੋਵੇਗਾ ਲੇਕਿਨ ਮਹਬੂਬਾ ਤੇਰੀ ਵਾਰੀ ਇਹ ਕਾਨੂੰਨ ਅਸੀਂ ਤੋੜ ਦਿੱਤੇ ਨੇ ਇਹ ਕਾਨੂੰਨ ਖਤਮ ਕਰ ਦਿੱਤੇ ਨੇ ਮਹਬੂਬਾ ਜ਼ਬਾਨ ਤੇਰੀ ਹੋਵੇਗੀ ਕਲਾਮ ਮੈਂ ਖੁਦਾ ਦਾ ਹੋਵੇਗਾ ਕਲਾਮ ਮੈਂ ਖੁਦਾ ਦਾ ਹੋਵੇਗਾ ਰੱਬ ਫਰਮਾਇਆ ਮਹਬੂਬਾ ਦੱਸ ਕਿਵੇਂ ਦਾ ਤੈਨੂੰ ਬਣਾਉਣਾ ਹੈ ਰੱਬ ਫਰਮਾਇਆ ਮਹਬੂਬਾ ਦੱਸ ਕਿਵੇਂ ਦਾ ਤੈਨੂੰ ਬਣਾਉਣਾ ਹੈ ਜਿਵੇਂ ਹੋਵੇ ਮੇਰੇ ਮਹਬੂਬ ਦੀ ਮਰਜ਼ੀ ਅਸੀਂ ਇੰਜ ਹੀ ਤੈਨੂੰ ਸਜਾਉਣਾ ਹੈ ਅਰਜ਼ ਕੀਤੀ ਮਹਬੂਬ ਨੇ ਯਾ ਮੌਲਾ ਇੰਜ ਦਾ ਬਣਾ ਮੈਨੂੰ ਕਿ ਮੇਰੀ ਜਾਨ ਜਹਾਨਾਂ ਦੀ ਜਾਨ ਹੋਵੇ ਭਾਵੇਂ ਤੂੰ ਬੋਲੇ ਭਾਵੇਂ ਮੈਂ ਬੋਲਾਂ ਸਾਡੇ ਦੋਵਾਂ ਦੀ ਇੱਕ ਜ਼ਬਾਨ ਹੋਵੇ ਸਾਡੇ ਦੋਵਾਂ ਦੀ ਇੱਕ ਜ਼ਬਾਨ ਹੋਵੇ ਵਮਾ ਯੰਤਿਕੁ ਅਨਿਲ ਹਵਾ ਇਨ ਹੁਵਾ ਇਲਾ ਵਹਯੂ ਯੂਹਾ ਰੱਬੇ ਕਾਇਨਾਤ ਨੇ ਫਰਮਾਇਆ ਮੇਰਾ ਮਹਬੂਬ ਆਪਣੀ ਮਰਜ਼ੀ ਨਾਲ ਕਲਾਮ ਨਹੀਂ ਕਰਦਾ ਮੇਰਾ ਮਹਬੂਬ ਉਹੀ ਬੋਲਦਾ ਜਿਹੜੀ ਮੈਂ ਰੱਬ ਦੀ ਤਰਫੋਂ ਵਹੀ ਹੁੰਦੀ ਹੈ ਨਾ ਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਪੇਸ਼ ਕਰਨ ਵਾਸਤੇ ਮਦਾਵਾ ਦਿੰਦਾ ਮੁਹੰਮਦ ਅਨਸ ਉਮਰ